ਫੈਸਲਾਬਾਦ ਦਾ ਘੰਟਾ ਘਰ ਕਿੱਥੇ ਤੇ ਕਿਹੜੀ ਜਗ੍ਹਾ ਤੇ ਤੇ ਵਖਾਨੇ ਮਾਹੌਲ ਤੁਹਾਨੂੰ ਫੈਸਲਾਬਾਦ ਦਾ ਥੋੜਾ ਜਿਹਾ ਇੱਥੇ ਬੰਦੇ ਸਾਰੇ ਨੇ ਅੱਗੇ ਪਿੱਛੇ ਲੱਗੇ ਨੇ ਕੰਮ ਕਰ ਕੋਈ ਬੰਦਾ ਕੀ ਵੇਚ ਰਿਹਾ ਕੋਈ ਕੀ ਵੇਚ ਰਿਹਾ ਤੁਹਾਨੂੰ ਵਖਾਨੇ ਆ ਫੈਸਲਾਬਾਦ ਦਾ ਘੰਟਾ ਘਰ ਕੀ ਤੇ ਮਾਹੌਲ ਚੈੱਕ ਕਰਾਉਂਦੇ ਆ ਤੁਹਾਨੂੰ ਚਲੋ ਕੈਮਰੇ ਦਾ ਰੁੱਖ ਕਰਦਾ ਮੈਂ ਚੈਨ ਤੇ ਵਖਾਨੇ ਆ ਤੁਹਾਨੂੰ ਇਹ ਹੈਗਾ ਜੀ ਫੈਸਲਾਬਾਦ ਦਾ ਘੰਟਾ ਘਰ ਬਹੁਤ ਹੀ ਪੁਰਾਣੀ ਬਿਲਡਿੰਗ ਹੈ ਇੱਥੇ ਦੀ ਤੇ ਤੁਹਾਨੂੰ ਵਿਖਾਉਂਦੇ ਹਾਂ ਅੱਗੇ ਚੱਲ ਕੇ ਦਾ ਮਾਹੌਲ ਇੱਥੇ ਦਾ ਇੱਥੇ ਹਰ ਸ਼ਾਇ ਮਿਲਦੀ ਜਿਹੜੀ ਸ਼ਾਇਦ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਅਤੇ ਘੰਟਾਘਰ ਵਿਖਾਇਆ ਹਰ ਬੰਦਾ ਇੱਥੇ ਆਉਂਦਾ ਇਹਨੂੰ ਵੇਖਣ ਵਾਸਤੇ ਇਹ ਬਿਲਡਿੰਗ ਵੇਖ ਰਹੇ ਹੋਗੇ ਕਾਫੀ ਉੱਚੀ ਅਤੇ ਇਹ ਭਾਈ ਹੋਰ ਚੀਜ਼ਾਂ ਵੇਚ ਰਹੇ ਨੇ ਜਿਹੜੀ ਚੀਜ਼ ਅਸੀਂ ਲੈਣ ਭਾਈ ਸਾਹਿਬ ਕਿਆ ਹਾਲ ਹੈ क्या बेच रहे हो भाई जान? बस ये हम बेच रहे हैं पकौड़ वगैरह सर्दी का सामान है। सर्दी का सामान बेच रहे हैं माशाल्लाह बिक जाता है रो। बस शुक्र है अल्हम्दुलिल्लाह। ये देखो जी ये हमारे पाकिस्तान में ये भी भाई है ये भी अपनी ये भी बेच रहे हैं कहाँ पे बेच रहे हो कारखाना बाजार आओ माहौल चेक कराने सारे बेच रहे ने देख रहे हो फैसलाबाद के अंदर ਇਹ ਭਾਈ ਹੋਰ ਕੀ ਵੇਚ ਰਹੇ ਹੋ ਛੂਏ ਮਾਰ ਗੋਲੀਆਂ ਇਹ ਵੇਖ ਲਓ ਗੋਲੀਆਂ ਲੈਣੀਆਂ ਹੋਵੇ ਇੱਥੇ ਆਓ ਤੁਹਾਨੂੰ ਗੋਲੀਆਂ ਮਿਲਣਗੀਆਂ ਉਹ ਭਾਈ ਹੋਰ ਵੀ ਵੇਚ ਰਹੇ ਨੇ ਸਾਰੇ ਤੁਹਾਨੂੰ ਚੈੱਕ ਕਰਾਉਂਦੇ ਆਖੇ ਦਾ ਮਾਹੌਲ ਅਗਰ ਕੋਈ ਚੀਜ਼ ਲੈਣੀ ਹੋਵੇ ਤਾਂ ਆਓ ਮੇਵੇ ਸ਼ੇਵੇ ਵੀ ਫੈਸਲਾਬਾਦ ਕਾਫੀ ਮਿਲਦੇ ਨੇ ਇਹ ਦੁਕਾਨ ਹੈ ਇੱਥੇ ਭਾਈ ਹੋਰ ਹਰ ਚੀਜ਼ ਵੇਚਦੇ ਨੇ ਸਭ ਮੇਵਾ ਜਾਤ ਇੱਥੇ ਤੁਹਾਨੂੰ ਮਿਲਣਗੇ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਇਹ ਭਾਈ ਹੋਰ ਵੇਚ ਰਹੇ ਨੇ ਕਿਆ ਹਾਲ ਹੈ ਔਰ ਠੀਕ ਠਾਕ ਹੈ ਅਲਹਮਦੁਲਿਲਾ ਹਰ ਚੀਜ਼ ਤਾਜ਼ਾ ਇਹ ਵੇਖ ਰਹੇ ਹੋ ਜ਼ਬਰਦਸਤ ਮੂੰਗਫਲੀ ਵੀ ਹੈ ਹਰ ਚੀਜ਼ ਹੈ ਨਾਲ ਹੀ ਬੰਦੇ ਟੈਸਟ ਵੀ ਕਰਦੇ ਨੇ चलो अगे चलने अगे का माहौल तुहानू चेक कराइए ऐ भाई और लगे ने कुछ करन मसवाका चाहिए और तुसी आओ इत्थे मसवाक लैनी होवे फैसलाबाद के अंदर तुहानू हर शै मिलेगी ऐ वेखो जी ऐ अपने फैसलाबाद की हाल है भाई जी ठीक ठाक हो सैट हो ऐ वेखो इन्हां माल स्टाल लाए ने बाहर हर रंग का कपड़ा तुहानू मिलेगा फैसलाबाद के अंदर ए भी भाई बैठे ने इत्थे माशाल्लाह तुसी भाई जी की बेच रहे हो इत्थे सरकार बनाना बेचने आ जबरदस्त की रेट जे बनान दा ये बनान कोई 150 दी है कोई 100 दी है अच्छा ओ शेख रफान टोटे वाला बेटा अच्छा ओना नाल गप लांदे आ भाई और बेच रहे ने टोटे शोट की बेच जेड़ा कपड़ा चाहिदा होवे इना कलो आओ की कीमत है अच्छा जो गाग ले लवे जेड़ा मर्जी पसंद करके जिन्ने मर्जी दे दे ए देख लो जिंदा दिन लोग ने मैं फैसलाबाद तुहानू फैसलाबाद दा माहौल चेक कराने हर बंदा इत्थे बेच रहा सुबह दा टाइम है सारे थोड़ा थोड़ा सौदे बेच रहे ने बाहर ते विखाने तुहानू और भी माहौल इत्थे दा की हो जाए घंटा घर तुहानू विखाया ते और भी इत्थे बहुत कुछ चीजा बेचते ने भाई जी ठीक ठाक हो की चीज बेच रहे हो तुसी कपड़े कंबल शंबल ने ਤੁਹਾਡੀ ਉਮਰ ਕਿੰਨੀ ਹੈ ਵੇਖੋ ਜੀ ਇਹ ਸਟਾਲ ਲੱਗੇ ਨੇ ਭਾਈ ਹੋਰਾਂ ਦੇ ਇਹ ਵੇਖ ਲੋ ਉਹ ਕਰਾਉਂਦੇ ਆ ਤੁਹਾਨੂੰ ਮਾਹੌਲ ਚੈੱਕ ਹਰ ਕੀਮਤ ਦਾ ਮਾਲ ਮਿਲਦਾ ਇਹਨਾਂ ਕੋਲ ਤੁਸੀਂ ਦੇਖ ਰਹੇ ਹੋਗੇ ਤੇ ਇੱਥੇ ਹਰ ਸ਼ੈ ਤੁਹਾਨੂੰ ਮਿਲੇਗੀ ਰੰਗ ਰੰਗ ਦੀ ਚੀਜ਼ ਮਿਲਦੀ ਇੱਥੇ ਹੋਰ ਜਨਾਬ ਕਿਆ ਹਾਲ ਚਾਲ ਹੈ ਠੀਕ ਠਾਕ ਇਹ ਵੇਖ ਲਓ ਬਾਜ਼ਾਰ ਸੁਬਹਾ ਦਾ ਟਾਈਮ ਹੈ ਕਾਫੀ ਰਸ਼ ਲੱਗਾ ਇੱਥੇ ਇਹ ਕੱਪੜੇ ਦੀ ਮਾਰਕੀਟ ਹੈ ਹਰ ਰੰਗ ਦਾ ਕੱਪੜਾ ਮਿਲੇਗਾ ਤੁਹਾਨੂੰ ਇੱਥੇ
अगे चलने अगे का माहौल तुहानू कराने थोड़ा जिहा चैक। ਆ ਵੇਖੋ ਜੀ ਸੁਬਹ ਸੁਬਹ ਨਾਸ਼ਤੇ ਦਾ ਵੀ ਇੰਤਜ਼ਾਮ ਹੈ ਇਹਨਾਂ ਕੋਲ। ਕੀ ਹਾਲ ਹੈ ਭਾਜੀ, ਕੀ ਵੇਚ ਰਹੇ ਹੋ, ਕੀ ਲਾਇਆ ਜੇ ਸਵੇਰੇ? ਭਾਵੇਂ ਆ ਚਨੇ ਆ, ਮਗਰ ਦਾ ਲਾਲ ਗੋਡੀ ਆ, ਸਿੰਗਲ ਗੋਡੀ ਆ। ਮਾਸ਼ਾਅੱਲਾ ਵੇਖ ਲਓ ਰਸ਼ ਲੱਗਾ ਇੱਥੇ, ਸਾਰੇ ਬੰਦੇ ਸੁਬਹ ਨਾਸ਼ਤਾ ਵੀ ਕਰਦੇ ਨੇ ਜਿਹੜੇ ਸ਼ਹਿਰ ਆਉਂਦੇ ਨੇ। ਜ਼ਬਰਦਸਤ ਤਰੀਕੇ ਦੇ ਨਾਲ ਸਾਰਾ ਮਾਹੌਲ ਇਹਨਾਂ ਕੋਲ ਹੈਗਾ, ਇਹ ਨਾਸ਼ਤੇ ਵਾਲਾ ਕੰਮ ਇਹਨਾਂ ਕੋਲ ਚੱਲ ਰਿਹਾ। ਸਲਾਮ ਅਲੈਕਮ ਬਜ਼ੁਰਗੋ, ਕੀ ਹਾਲ ਹੈ? ਤਬੀਅਤ ਠੀਕ ਠਾਕ? ਇਹ ਕੀ ਚੀਜ਼ ਹੈ ਜੀ? ਇਹ ਕੀ ਕੀਮਤ ਜੀ ਇਹਦੀ? 300 ਰੁਪਏ ਦਾ ਬੇਚਾ। 300 ਰੁਪਏ ਦਾ ਕਿੰਨੇ ਦਾ? 300 ਰੁਪਏ ਦਾ। 300 ਰੁਪਏ ਦਾ, ਮਾਸ਼ਾਅੱਲਾ ਵੇਖ ਲਓ ਜੀ। ਹਾਂ ਜੀ। ਇਹ ਕਿਹੜੀ ਜਗ੍ਹਾ ਜਿੱਥੇ ਤੁਸੀਂ ਬੈਠੇ ਹੋ? ਕਾਰਖਾਨਾ ਬਾਜ਼ਾਰ ਭਾਈ ਜੀ। ਕਾਰਖਾਨਾ ਬਾਜ਼ਾਰ ਹੈ, ਵੇਖ ਲਓ ਇਹਨਾਂ ਕੋਲ ਸਾਰਾ ਮਾਲ ਪਿਆ ਜ਼ਬਰਦਸਤ। ਤੁਸੀਂ ਆਓ ਕਾਰਖਾਨਾ ਬਾਜ਼ਾਰ ਇਹਨਾਂ ਕੋਲ ਲੈ ਕੇ ਜਾਓ ਤੇ ਜ਼ਬਰਦਸਤ ਕੁਆਲਿਟੀ ਦੇ ਨੇ। ਇਹ ਵੇਖ ਲੈ ਲੈ ਬਜ਼ੁਰਗ ਬੈਠੇ ਨੇ ਮਾਸ਼ਾਅੱਲਾ। ਕਿੰਨਾ ਅਰਸਾ ਹੋਇਆ ਇੱਥੇ ਵੇਚਦੇ ਨੂੰ? 12-13 ਸਾਲ ਹੋ ਗਏ ਨੇ। ਅੱਛਾ, ਇਹ ਵੇਖ ਲਓ ਜੀ, ਇਹ ਇੱਥੇ ਬੈਠੇ ਵੇਚ ਰਹੇ ਨੇ ਤੇ ਸਾਰਾ ਬਾਜ਼ਾਰ ਭਰਿਆ ਇੱਥੇ। ਸੁਬਹਾ ਦਾ ਟਾਈਮ ਹੈ, ਹਰ ਬੰਦਾ ਲੱਗਾ ਆਪਣੇ ਕੰਮ ਨੂੰ। ਇਹ ਵੇਖ ਲਓ, ਇਹ ਭਾਈ ਹੋਰ ਵੀ ਵੇਚ ਰਹੇ ਨੇ ਕੱਪੜੇ ਤੇ ਸਸਤੇ ਵੀ ਹੈ ਨੇ ਤੇ ਉਮਦਾ ਕੁਆਲਿਟੀ ਦੇ ਵੀ ਹੈ ਨੇ। ਤੁਹਾਨੂੰ ਚੈੱਕ ਕਰਾਉਂਦੇ ਹਾਂ, ਇਹ ਵੇਖ ਲਓ ਸਟਾਲ ਲੱਗਾ ਸਾਰਾ। ਮਾਸ਼ਾਅੱਲਾ ਜੀ, ਬਹੁਤ ਜ਼ਬਰਦਸਤ ਚੀਜ਼ਾਂ ਵੇਚ ਰਹੇ ਨੇ। ਹੋਰ ਕੀ ਹਾਲ ਚਾਲ ਹੈ? ਠੀਕ ਠਾਕ ਹੋ ਜਨਾਬ? ਇਹ ਵੇਖ ਲਓ ਜੀ ਭਾਈ, ਹੋਰ ਸੁਬਹ ਚਾਹ ਦਾ ਵੀ ਇੰਤਜ਼ਾਮ ਹੈ। ਤੁਸੀਂ ਆਓ ਬਾਜ਼ਾਰ ਦੇ ਅੰਦਰ, ਨਾਲ ਕਰੋ ਸ਼ਾਪਿੰਗ ਤੇ ਨਾਲ ਚਾਹ ਦਾ ਵੀ ਮਜ਼ਾ ਲਿਓ। ਇਹ ਵੇਖ ਲਓ, ਜ਼ਬਰਦਸਤ ਜੀ ਚਾਹ ਬਣਾਉਂਦੇ ਨੇ, ਬੜੀ ਮਸ਼ਹੂਰ ਚਾਹ ਇਹਨਾਂ ਦੀ। ਇਹ ਵੇਖ ਲਓ, ਜ਼ਬਰਦਸਤ ਚਾਹ ਬਣਾਉਂਦੇ ਨੇ ਤੇ ਨਾਲ ਹੀ ਇੱਧਰ ਵੀ ਵੇਖ ਰਹੇ ਹੋਗੇ, ਖਾਣ ਪੀਣ ਦਾ ਵੀ ਇੰਤਜ਼ਾਮ ਹੈ। ਸੁਬਹਾ ਸੁਬਹਾ ਇੱਥੇ ਨਾਲ ਬੰਦੇ ਆਉਂਦੇ ਨੇ, ਸੌਦਾ ਪੱਤਰਾ ਵੀ ਲੈਂਦੇ ਨੇ ਤੇ ਨਾਲ ਕਰਦੇ ਨੇ ਸ਼ਾਪਿੰਗ ਵੀ। ਇਹ ਸਾਡੇ ਫੈਸਲਾਬਾਦ ਨਿਜ਼ਾਮ ਹੈ। ਠੀਕ ਹੈ, ਮਿਹਰਬਾਨੀ ਜਨਾਬ, ਤੁਹਾਨੂੰ ਮਾਹੌਲ ਕਰਾਉਂਦੇ ਹਾਂ ਚੈੱਕ। ਬੜੀ ਰੌਣਕ ਹੁੰਦੀ ਹੈ ਇੱਥੇ ਫੈਸਲਾਬਾਦ ਦੇ ਅੰਦਰ, ਹਰ ਬੰਦਾ ਵੇਖ ਰਿਹਾ ਹੋਵੇ, ਕੋਈ ਇਸ ਸਾਈਡ 'ਤੇ ਲੱਗਾ, ਕੋਈ ਇਸ ਸਾਈਡ 'ਤੇ। ਮਾਹੌਲ ਜ਼ਬਰਦਸਤ ਹੈ ਇੱਥੇ। ਅਤੇ ਉਹ ਸਾਡਾ ਘੰਟਾ ਘਰ ਹੈ ਜਿੱਥੇ ਮੈਂ ਆਇਆ ਤੁਹਾਨੂੰ ਵਿਖਾਇਆ, ਤੁਹਾਨੂੰ ਚੱਕਰ ਵੇਖ ਰਹੇ ਹੋ, ਉਹ ਘੰਟਾ ਘਰ ਚੱਲਦੇ ਹਾਂ, ਦੂਜੀ ਸਾਈਡ 'ਤੇ ਵਿਖਾਉਂਦੇ ਹਾਂ। ਇਹ ਜਾਂਦੇ ਹਾਂ ਭਾਈ ਹੋਰ, ਇਹ ਭਾਈ ਹੋਰ ਲਾਇਆ ਸਟਾਲ ਇੱਥੇ। ਕੀ ਹਾਲ ਹੈ ਭਾਈ ਜੀ? ਇਹ ਵੇਖ ਲਓ, ਇਹ ਵੀ ਚੀਜ਼ਾਂ ਵੇਚ ਰਹੇ ਨੇ ਘਰ, ਚੀਜ਼ ਜ਼ਬਰਦਸਤ ਤਰੀਕੇ ਦੇ ਨਾਲ ਵੇਚਦੇ ਨੇ। ਹੋਰ ਸਭ ਠੀਕ ਠਾਕ ਆ? ਅਤੇ ਅੱਗੇ ਚੱਲਦੇ ਹਾਂ, ਅੱਗੇ ਦਾ ਮਾਹੌਲ ਤੁਹਾਨੂੰ ਚੈੱਕ ਕਰਾਉਂਦੇ ਹਾਂ। ਇਹ ਭਾਈ ਹੋਰ ਸਾਰੇ ਬੈਠੇ ਨੇ ਇੱਥੇ, ਹਰ ਇੱਕ ਰੰਗ ਦੀ ਚੀਜ਼ ਅਤੇ ਹਰ ਇੱਕ ਸੂਟ ਵੇਚਦੇ ਨੇ ਮੁਨਾਸਬ ਕੀਮਤਾਂ ਦੇ। ਅਸੀਂ ਚੱਲਦੇ ਹਾਂ ਦੂਜੀ ਸਾਈਡ 'ਤੇ, ਦੁਕਾਨ ਦੇ ਅੰਦਰ ਜਾਵਾਂਗੇ ਅਤੇ ਉਹਦਾ ਕੰਮ ਤੁਹਾਨੂੰ ਕਰਾਵਾਂਗੇ ਚੈੱਕ। ਇਹ ਵੇਖੋ, ਇਹ ਬਜ਼ੁਰਗ ਬੈਠੇ ਨੇ ਮਾਸ਼ਾਅੱਲਾ, ਮਸਵਾਕਾਂ ਵੇਚ ਰਹੇ ਨੇ। ਕੀ ਹਾਲ ਹੈ ਬਜ਼ੁਰਗੋ? ਇਹ ਮਸਵਾਕਾਂ ਲਾਈਆਂ ਨੇ ਇਹਨਾਂ, ਹਰ ਰੰਗ ਦੀ ਮਸਵਾਕ ਇਹਨਾਂ ਕੋਲ ਮਿਲ ਜਾਂਦੀ। ਹੋਰ ਸੁਣਾਓ, ਕੀ ਹਾਲ ਹੈ? ਠੀਕ ਠਾਕ ਹੈ ਨਾ? ਇਹ ਦੇਖੋ ਜੀ, ਸਵੇਰੇ ਸਵੇਰੇ ਇਹ ਵੇਚ ਰਹੇ ਹੈ, ਸਭ ਠੀਕ ਹੈ, ਸ਼ੁਕਰ ਹੈ। ਇਹ ਵੇਖੋ ਸਾਰੇ ਇੱਥੇ ਸਭ ਸਮਾਨ। ਹੋਰ ਕੀ ਹਾਲ ਹੈ? ਅੱਲਾਹ ਕਾ ਸ਼ੁਕਰ ਹੈ, ਜ਼ਬਰਦਸਤ ਹੈ ਮਾਲ ਆਪਕਾ। ਇਹ ਦੇਖੋ ਜੀ, ਸਾਰੇ ਵੇਚ ਰਹੇ ਨੇ ਇੱਥੇ ਚੀਜ਼ਾਂ, ਬਹੁਤ ਹੀ ਸਸਤੇ ਚੀਜ਼ਾਂ ਮਿਲ ਜਾਂਦੀਆਂ। ਇਹ ਘੰਟਾ ਘਰ ਦੇ ਬਾਹਰ ਹੈ। ਗਾਣਾ ਵਾਣਾ ਸੁਣਾਓ, ਸੁਣਾਓ ਨਹੀਂ ਸ਼ਰਮਾ ਕੇ ਆ, ਕੁਛ ਗਾਣਾ ਵਾਣਾ ਸੁਣਾਓ। ਨਹੀਂ ਆਤਾ, ਮੈਂ ਜਾ ਰਹਾ ਹੂੰ। ਵੇਚ ਰਹੇ ਨੇ ਕੀ? ਸਲਾਮ ਅਲੈਕੁਮ, ਕੀ ਹਾਲ ਹੈ? ਠੀਕ ਠਾਕ ਹੋ? ਤਾਜ਼ਾ ਮਾਲ ਹੈ। ਸੁਬਹਾ ਦਾ ਟਾਈਮ ਹੈ, ਮਾਸ਼ਾਅੱਲਾ ਵੇਖ ਰਹੇ ਹੋਵੋਗੇ, ਇਸ ਬਾਜ਼ਾਰ ਦੇ ਅੰਦਰ ਵੀ ਰਸ਼ ਕਾਫੀ ਹੁੰਦਾ, ਪਿੱਛੇ ਮੋਟਰਸਾਈਕਲ ਵੀ ਹੈ। ਅਸੀਂ ਆਏ ਹਾਂ ਫੈਸਲਾਬਾਦ ਦੇ ਅੰਦਰ ਅਤੇ ਫੈਸਲਾਬਾਦ ਦਾ ਤੁਹਾਨੂੰ ਕਰਾਉਂਦੇ ਹਾਂ ਚੱਕਰ, ਚੜ੍ਹਦੇ ਤਾਂ ਵਿਖਾਉਂਦੇ ਹਾਂ ਤੁਹਾਨੂੰ। ਇੱਥੇ ਨਾਸ਼ਤਾ ਹੋ ਰਿਹਾ ਸੁਬਹਾ ਸੁਬਹਾ,
नाश्ता भी चल रहा है, तो हम चेक कराने हैं। ए वेखो जी सुबह का नाश्ता करना हो इन्हों को परांठे शरांठे हर शायद। और भाई जी की हाल चाल है? और ठीक ठाक हो? ए वेखो जी ताज़ा परांठे सुबह सुबह ताज़ा वेख लो भाई परांठे ला रहे ने, कैड़ी स्पीड के नाल लाने ने परांठे। ਇਹ ਫੈਸਲਾਬਾਦ ਦੇ ਅੰਦਰ ਰਹੋ ਤੇ ਖਾਓ ਤਾਜ਼ਾ ਤਾਜ਼ਾ ਪਰਾਂਠੇ, ਤਾਜ਼ਾ ਪਰਾਂਠਾ ਖਾਓ, ਤਾਜ਼ਾ ਪਰਾਂਠੇ ਖਾਓ। ਇਹ ਭਾਈ ਬੜਾ ਮਸ਼ਹੂਰ ਨੇ ਤੇ ਰਸ਼ ਬੜਾ ਲੱਗਾ। ਚਲੋ ਅੱਗੇ ਦਾ ਮਾਹੌਲ ਤੁਹਾਨੂੰ ਚੈੱਕ ਕਰਾਉਂਦੇ ਹਾਂ ਸਾਡੇ ਫੈਸਲਾਬਾਦ ਦੇ ਅੰਦਰ। ਇਹ ਵੀ ਹੈ ਜੀ ਮਾਰਕੀਟ, ਅਜੇ ਪੂਰੀ ਖੁੱਲ੍ਹੀ ਨਹੀਂ ਫੈਸਲਾਬਾਦ ਦੇ ਅੰਦਰ, ਅਸੀਂ ਸੁਬਹਾ ਸੁਬਹਾ ਹੀ ਆ ਗਏ ਸੀ। ਐ ਵੇਖੋ ਜੀ ਸਲਾਮ ਅਲੈਕੁਮ, ਕੀ ਹਾਲ ਹੈ ਬਜ਼ੁਰਗ? ਹੋਰ ਠੀਕ ਠਾਕ, ਕੀ ਵੇਚ ਰਹੇ ਹੋ ਸੁਬਹਾ ਸੁਬਹਾ? ਭਾਈ ਬੜੇ ਭਾਈ ਚੋਨੇ ਅੰਡਾ ਚੋਨੇ। ਅੱਛਾ ਸਭ ਕੁਝ ਆ ਚੈੱਕ ਕਰਨੇ ਜੀ ਇਹਨਾਂ ਦੇ, ਮਾਸ਼ਾ ਅੱਲਾਹ ਭਾਈ ਨੇ ਸੁਬਹਾ ਸੁਬਹਾ ਨਾਸ਼ਤਾ ਕਰਨਾ ਹੋਵੇ ਇੱਥੇ ਆਓ ਭਾਈ ਜੀ, ਬਿਹਤਰੀਨ ਨੇ, ਜ਼ਬਰਦਸਤ ਨੇ, ਰਸ਼ ਕਾਫੀ ਹੁੰਦਾ ਹੈ। ਇਹ ਵੀ ਭਾਈ ਇੱਥੇ ਕੰਮ ਆਉਂਦੇ ਨੇ। ਹੋਰ ਠੀਕ ਠਾਕ ਹੋ? ਹਾਂ ਇਹ ਵੇਖ ਲਓ ਜੀ ਭਾਈ ਸ਼ਾਇਦ ਖਾਣੇ ਹੋਣ ਤੇ ਆਓ ਇੱਥੇ ਆਰਾਮ ਦੇ ਨਾਲ, ਜ਼ਬਰਦਸਤ ਕੰਮ ਹੈ ਇੱਥੇ ਸੁਬਹਾ ਸੁਬਹਾ ਹਰ ਬੰਦਾ ਇੱਥੇ ਵੇਚਦਾ ਚੀਜ਼ਾਂ। ਉਹ ਭਾਈ ਹੋਰ ਵੀ ਦੁਕਾਨ 'ਤੇ ਨੇ, ਅੱਗੇ ਚੱਲਦੇ ਹਾਂ ਤੁਹਾਨੂੰ ਵਿਖਾਉਂਦੇ ਹਾਂ ਸਾਰਾ ਕੰਮ, ਅਤੇ ਅਜੇ ਸਟੋਰ ਸਾਰਾ ਖੁੱਲ੍ਹਾ ਨਹੀਂ ਹੈ। ਇਹ ਵੇਖ ਲਓ ਜੀ ਉਹ ਘੰਟਾ ਘਰ ਜੇ, ਇਹਦੇ 'ਤੇ ਅੱਗੇ ਪਿੱਛੇ ਸਾਰੀਆਂ ਦੁਕਾਨਾਂ ਨੇ, ਸੁਬਹਾ ਸੁਬਹਾ ਹੁੰਦਾ ਰਸ਼ ਇੱਥੇ। ਚਲੋ ਚੱਲਦੇ ਹਾਂ ਤੁਹਾਨੂੰ ਮਾਹੌਲ ਚੈੱਕ ਕਰਾ ਦੇ ਹਾਂ ਫੈਸਲਾਬਾਦ ਦਾ, ਅਤੇ ਫੈਸਲਾਬਾਦ ਦੇ ਅੰਦਰ ਬੜੇ ਜ਼ਿੰਦਾ ਦਿਲ ਲੋਕ ਨੇ, ਸਾਰੇ ਬੰਦੇ ਇੱਥੇ ਕੰਮ ਕਰ ਰਹੇ ਨੇ ਅੱਗੇ ਪਿੱਛੇ ਘੰਟਾ ਘਰ ਦੇ। ਮੈਂ ਇੱਥੇ ਜ਼ਰਾ ਫਿਰ ਲੰਘਾ ਅਤੇ ਹੁਣ ਅਸੀਂ ਚੱਲਦੇ ਹਾਂ, ਥੋੜ੍ਹਾ ਜਿਹਾ ਹੋਰ ਵਿਖਾਉਂਦੇ ਹਾਂ ਤੁਹਾਨੂੰ ਮਾਹੌਲ, ਅਤੇ ਫਿਰ ਅਸੀਂ ਚੱਲਾਂਗੇ ਇਸ ਬਾਹਰ। ਠੀਕ ਹੈ ਜੀ, ਇਹ ਵੇਖ ਲਿਓ ਹੋ ਗਏ ਘੰਟਾ ਘਰ ਦੇ ਪਿੱਛੇ, ਉੱਧਰ ਧੁੱਪ ਹੈ ਤੁਹਾਨੂੰ ਨਜ਼ਰ ਨਹੀਂ ਆਏਗਾ। ਮਾਸ਼ਾ ਅੱਲਾ ਬਹੁਤ ਜ਼ਬਰਦਸਤ ਲੋਕ ਇੱਥੇ ਵੇਚਦੇ ਚੀਜ਼ਾਂ ਅੱਗੇ ਪਿੱਛੇ। ਚਲੋ ਜੀ ਚੱਲਦੇ ਹਾਂ ਹੁਣ, ਅਸੀਂ ਕੰਮ ਹੋ ਗਿਆ ਸਾਡਾ ਖਤਮ ਇੱਥੇ। ਵੇਖ ਰਹੇ ਹੋ ਗਏ ਸਾਰੇ ਇੱਥੇ ਵੇਚ ਰਹੇ ਨੇ ਚੀਜ਼ਾਂ, ਜਿੰਨੀ ਜਿੰਨੀ ਚੀਜ਼ਾਂ ਲੈਣੀਆਂ ਹੋਣ ਇੱਥੇ ਆਓ ਸੌਦਾ ਲੈ ਕੇ ਜਾਓ। ਚਲੋ ਚੱਲਦੇ ਹਾਂ ਹੁਣ, ਨਿਕਲਦੇ ਹਾਂ ਬਾਹਰ। ਜੈਕਟਾਂ ਲੈਣੀਆਂ ਹੁਣ ਜੈਕਟਾਂ ਲਿਓ, ਬਹੁਤ ਜ਼ਬਰਦਸਤ ਕੀਮਤ 'ਤੇ ਮਿਲਦੀਆਂ ਨੇ ਇਹਨਾਂ ਕੋਲੋਂ। ਇਹ ਵੇਖੋ ਜੀ ਭਾਈ ਹੋਰ ਵੇਚ ਰਹੇ ਨੇ ਸ਼ੇਰਵਾਨੀਆਂ, ਕਿਆ ਕੀਮਤ ਹੈ ਜਨਾਬ? ਮੁਖਤਲਿਫ ਕੀਮਤ ਹੈ, ਜ਼ਬਰਦਸਤ ਸਟਾਈਲ ਦੀਆਂ ਨੇ, ਜਿਹੜਾ ਰੰਗ ਚਾਹੋ ਤੁਹਾਨੂੰ ਮੁਨਾਸਿਬ ਕੀਮਤ 'ਤੇ ਇੱਥੇ ਚੀਜ਼ਾਂ ਮਿਲ ਜਾਣਗੀਆਂ। ਠੀਕ ਹੈ ਜੀ ਹੁਣ ਸਾਨੂੰ ਜੋ ਇਜਾਜ਼ਤ 'ਤੇ ਅਸੀਂ ਚੱਲਦੇ ਹਾਂ, ਅਤੇ ਫਿਰ ਇਨਸ਼ਾਅੱਲਾ ਮੁਲਾਕਾਤ ਹੋਏਗੀ। ਮੇਰੀ ਅੱਜ ਦੀ ਫੈਸਲਾਬਾਦ ਦੀ ਵੀਡੀਓ ਕਿਹੋ ਜਿਹੀ ਲੱਗੀ ਹੋਏਗੀ ਅਤੇ ਕਮੈਂਟਸ ਦੇ ਅੰਦਰ ਜ਼ਰੂਰ ਦੱਸਣਾ। ਅਸੀਂ ਗਏ ਸੀ ਘੰਟਾ ਘਰ ਵੇਖਣ, ਅਤੇ ਨਾਲ ਲਾਈ ਬੰਦੇ ਨਾਲ ਗੱਪ ਸ਼ੱਪ, ਅਤੇ ਵਿਖਾਇਆ ਤੁਹਾਨੂੰ ਇੱਥੇ ਦਾ ਮਾਹੌਲ, ਅਤੇ ਜ਼ਿੰਦਗੀ ਰਹੀ ਅਤੇ ਫਿਰ ਮੁਲਾਕਾਤ ਹੋਏਗੀ ਅਗਲੀ ਵੀਡੀਓ ਦੇ ਅੰਦਰ। ਅਤੇ ਜਿਨ੍ਹਾਂ ਬੰਦਿਆਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮਿਹਰਬਾਨੀ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਇਨਸ਼ਾਅੱਲਾ ਫਿਰ ਮਿਲਾਂਗੇ। ਅੱਲਾਹ ਹਾਫਿਜ਼।